ਜੈ ਮਸਤਾ ਦੀ, ਜੈ ਪੀਰਾ ਦੀ, ਜੈ ਵਲੀਆ ਦੀ। ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਫਕੀਰ ਦਾ ਕਿੱਸਾ, ਜਿਸ ਦੇ ਵਿੱਚ ਇੱਕ ਫਕੀਰ ਨੇ ਆਪਣੀ ਜ਼ਿੰਦਗੀ ਦੀ ਹਕੀਕਤ ਸੁਣਾਈ। ਤੁਸੀਂ ਇਸ ਫਕੀਰ ਦੇ ਕਿੱਸੇ ਨੂੰ ਪੂਰਾ ਸੁਣਨਾ ਅਤੇ ਸਾਡੇ ਚੈਨਲ ਮਸਤਾ ਦੇ ਦਾਸ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ, ਅਤੇ ਕਮੈਂਟਾਂ ਦੇ ਵਿੱਚ ਦੱਸਣਾ ਤੁਹਾਨੂੰ ਇਹ ਕਿੱਸਾ ਕਿਹੋ ਜਿਹਾ ਲੱਗਾ। ਇੱਕ ਫਕੀਰ ਸੀ, ਉਸਨੇ ਆਪਣੇ ਅਖੀਰਲੇ ਟਾਈਮ ਦੇ ਵਿੱਚ ਇੱਕ ਸਿੱਖਿਆ ਦਿੱਤੀ ਦੁਨੀਆਦਾਰਾਂ, ਜੋ ਉਹਨਾਂ ਦੇ ਲਾਗੇ ਮੁਰੀਦ ਕਹਿ ਲਈਏ ਆਪਾਂ ਉਹਨਾਂ ਦੇ, ਉਹ ਕੋਲ ਬੈਠਿਆ ਕਰਦੇ ਸੀ, ਉਹਨਾਂ ਨੂੰ ਕਹਾਣੀ ਸੁਣਾਉਣ ਲੱਗੇ ਆਪਣੀ ਦੁਨੀਆ ਤੋਂ ਪਰਦਾ ਕਰਨ ਤੋਂ ਪਹਿਲਾਂ। ਕਹਿੰਦਾ ਇੱਕ ਪਰਿੰਦਾ ਰੱਖਿਆ ਸੀ, ਪਰਿੰਦੇ ਨੂੰ ਰੋਜ਼ ਰੋਟੀ ਪਾਇਆ ਕਰਨੀ, ਚੂਰੀ ਪਾਉਣੀ, ਕੋਈ ਸੇਮ ਪਾ ਦੇਣਾ, ਕਦੀ ਕੁਛ ਪਾ ਦੇਣਾ। ਜਦੋਂ ਥੋੜ੍ਹਾ ਚਿਰ ਪਰਿੰਦਾ ਕੋਲ ਰਹਿਣ ਲੱਗਾ ਪਿੰਜਰੇ 'ਚ ਸੀ, ਉਹਨੇ ਕੁਛ ਪਾਉਣਾ, ਮਾਲਕ ਨੇ ਸੋਚਿਆ ਹੁਣ ਇਹ ਪਰਿੰਦਾ, ਇਹ ਜਾਨਵਰ ਮੇਰੇ ਵੱਸ 'ਚ ਹੋ ਗਿਆ ਹੈ, ਅਤੇ ਆਪਾਂ ਇਹਨੂੰ ਬਾਹਰ ਕੱਢ ਲਈਏ, ਅਤੇ ਇਹਨੂੰ ਆਪਾਂ ਬਾਹਰ ਰੱਖਦੇ ਹਾਂ, ਯਾਦ ਕਰਕੇ ਰੱਖਦੇ ਹਾਂ, ਮੋਢੇ 'ਤੇ ਬਿਠਾਵਾਂਗੇ, ਸਿਰ 'ਤੇ ਬਿਠਾਵਾਂਗੇ, ਆਪਣੇ ਦਿਲ ਨਾਲ ਲਾ ਕੇ ਰੱਖਾਂਗੇ, ਜਿੱਥੇ ਮੈਂ ਜਾਊਂਗਾ ਉੱਥੇ ਨਾਲ ਜਾਊਗਾ ਮੇਰੇ ਬਹਿ ਕੇ ਹੱਥ 'ਤੇ। ਜਦੋਂ ਉਸ ਵਿਅਕਤੀ ਨੇ ਉਸ ਪੰਛੀ ਨੂੰ ਬਾਹਰ ਕੱਢਿਆ, ਕਦੀ ਮੋਢੇ 'ਤੇ ਬਿਠਾਵੇ, ਕਦੀ ਸਿਰ 'ਤੇ ਬਿਠਾਵੇ, ਕਦੀ ਮਨ ਨਾ ਆਇਆ ਕਰੇ, ਅਤੇ ਜਦੋਂ ਇੰਨੀ ਚੀਜ਼ਾਂ ਦੇਖੀਆਂ, ਉਹ ਕਹਿੰਦਾ ਹੁਣ ਮੇਰੇ ਵੱਸ 'ਚ ਆ। ਅਤੇ ਉਹ ਫਕੀਰ ਇਹੀ ਗੱਲ ਸੁਣਾਉਂਦਾ ਸੁਣਾਉਂਦਾ, ਜਦ ਟਾਈਮ ਨੇੜੇ ਆ ਗਿਆ ਆਪਣੀ ਦੁਨੀਆ ਤੋਂ ਪਰਦਾ ਕਰਨ ਦਾ, ਕਹਿੰਦਾ ਹੁਣ ਮੇਰਾ ਟਾਈਮ ਆ ਗਿਆ ਦੁਨੀਆ ਤੋਂ ਜਾਣ ਦਾ, ਇਹ ਕਿਹੜਾ ਪਰਿੰਦਾ ਸੀ ਉਹ ਮੈਂ ਹੀ ਸੀ, ਮੈਂ ਮਨਮਾਈਆਂ ਕਰਦਾ ਸੀ, ਮੈਨੂੰ ਪਹਿਲਾਂ ਪਿੰਜਰੇ ਦੇ ਵਿੱਚ ਸੀ, ਹੁਣ ਰੱਬ ਨੇ ਆਪਣੀ ਨਿਗਾਹ ਸਵੱਲੀ ਕੀਤੀ ਹੈ ਅਤੇ ਮੈਨੂੰ ਇਸ ਪਿੰਜਰੇ ਦੇ ਵਿੱਚੋਂ ਕੱਢ ਲਿਆ, ਮੇਰੀ ਰੂਹ ਨੂੰ ਕੱਢ ਕੇ ਆਪਣੇ ਚਰਨਾਂ 'ਚ ਨਿਵਾਸ ਦਿੱਤਾ, ਆਪਣੇ ਮੋਢੇ 'ਤੇ ਬਿਠਾਊਗਾ, ਆਪਣੇ ਸਿਰ 'ਤੇ ਜੰਨਤ ਨਸੀਬ ਹੋਊਗੀ। ਜਦ ਕਿਹੜੇ ਉਹ ਲੋਕ ਕੋਲ ਬੈਠੇ ਸੀ ਸਾਡੇ ਵਰਗੇ ਮੂਰਖ ਬੰਦੇ ਸੀ, ਉਹ ਕਹਿਣ ਲੱਗੇ ਇਹ ਪਿੰਜਰਾ ਦਾ ਅਸੀਂ ਆਪ ਤੋੜ ਲੈਂਦੇ ਹਾਂ, ਮਰ ਕੇ ਹੀ ਜੇ ਰੱਬ ਦੇ ਸਿਰ 'ਤੇ ਬਹਿ ਹੁੰਦਾ ਜੰਨਤ ਮਿਲਦੀ ਆ, ਅਸੀਂ ਜ਼ਹਿਰ ਦਾ ਪਿਆਲਾ ਲਿਆਉਂਦੇ ਆ ਪੀ ਲੈਂਦੇ ਆ, ਰੱਸੀ ਪਾਉਂਦੇ ਆ, ਫਾਹਾ ਲੈ ਲੈਂਦੇ, ਜੇ ਪਿੰਜਰਾ ਤੋੜ ਕੇ ਤਾਂ ਜੰਨਤ ਮਿਲਦੀ ਆ, ਇਸ ਤੋਂ ਸੁੱਖ ਦਾ ਕੋਈ ਕੰਮ ਹੀ ਨਹੀਂ, ਜੇ ਰੱਬ ਨੂੰ ਦੇਖਣ ਨੂੰ ਮਿਲ ਜੂਗਾ। ਕਹਿ ਫਕੀਰ ਬੋਲਿਆ ਇਹ ਗਲਤ ਹੈ, ਇਹ ਤੁਸੀਂ ਜੇ ਆਤਮ ਹੱਤਿਆ ਖੁਦਕੁਸ਼ੀ ਕਰੋਗੇ ਤਾਂ ਉਹਨੇ ਇੱਕ ਪਿੰਜਰੇ ਤੋਂ ਕੱਢ ਕੇ ਪਤਾ ਨਹੀਂ ਕਿੰਨੇ ਪਿੰਜਰਾਂ 'ਚ ਪਾਉਣਾ ਆ, 84 ਲੱਖ ਜੂਣੇ ਆ, ਕਦੀ ਕੁਛ ਬਣਾਉਂਗੇ ਤੁਹਾਨੂੰ, ਕਦੀ ਕੁਛ, ਕਈ ਵੇ ਇੱਧਰ ਦੇ ਜੂਨਾਂ ਦੇ ਵਿੱਚ ਪਾਊਗਾ, ਆਪਾਂ ਦੇਖ ਲੈਂਦੇ, ਸੱਪ ਦੇਖ ਲੈਂਦੇ ਆ, ਉਹਨੂੰ ਕੀੜੇ ਚੁੰਬੜੇ ਹੁੰਦੇ ਆ, ਨਾ ਉਹ ਖੁਦਕੁਸ਼ੀ ਕਰ ਸਕਦਾ ਫਿਰ ਇੱਦਾਂ ਦੇ ਪਿੰਜਰੇ 'ਚ ਪਾਉਣ ਦਾ। ਆਪਾਂ ਕੁੱਤੇ ਦੇਖ ਲਈਦੇ ਆ, ਕੀੜੇ ਪਏ ਹੁੰਦੇ ਆ, ਮਰ ਵੀ ਨਹੀਂ ਸਕਦੇ, ਜੀ ਵੀ ਨਹੀਂ ਸਕਦੇ, ਮਰਨ ਨੂੰ ਦਿਲ ਕਰਦਾ ਹੁੰਦਾ ਹੈ, ਫਤ ਖੁਦਕੁਸ਼ੀ ਨਹੀਂ ਕਰ ਸਕਦੇ, ਕਿਉਂਕਿ ਪਹਿਲਾਂ ਉਹਨਾਂ ਨੇ ਇਹ ਕੰਮ ਕੀਤੇ ਹੁੰਦੇ ਆ, ਜਿਨ੍ਹਾਂ ਨੇ ਪਹਿਲਾਂ ਇਹ ਕੰਮ ਕੀਤੇ ਹੁੰਦੇ ਆ ਉਹਨਾਂ ਨੂੰ ਦੂਸਰੇ ਜਨਮ 'ਚ ਵੀ ਉਹ ਇੱਦਾਂ ਦੇ ਪਿੰਜਰੇ 'ਚ ਪਾਉਂਦਾ ਜਿਹੜਾ ਪਿੰਜਰਾ ਟੁੱਟਦਾ ਵੀ ਨਹੀਂ, ਕਿਉਂਕਿ ਪਹਿਲਾਂ ਪਿੰਜਰਾ ਤੋੜ ਕੇ ਆਏ ਹੁੰਦੇ ਆ ਉਹ। ਅਤੇ ਜਦੋਂ ਇੰਨੀ ਗੱਲ ਸੁਣਾਈ, ਸਾਰੇ ਜੋ ਮਰੀਜ਼ ਸੀ ਉਹ ਹੱਥ ਜੋੜ ਕੇ ਖੜ੍ਹੇ ਹੋ ਗਏ ਫਕੀਰ ਮੋਹਰੇ, ਕਹਿੰਦੇ ਸਹੀ ਗੱਲ ਬਾਬਾ ਜੀ। ਉਹ ਕਹਿੰਦੇ ਜਾਣ ਵੇਲੇ ਫਕਰਾਂ ਨੂੰ ਕਹਿਣ ਲੱਗੇ, ਕਹਿੰਦੇ ਫਕਰ ਜੀ ਹੁਣ ਤੁਸੀਂ ਦੁਨੀਆ ਤੋਂ ਪਰਦਾ ਕਰ ਜਾਣਾ, ਸਾਨੂੰ ਕੋਈ ਸਿੱਖਿਆ ਦੇ ਦਿਓ। ਕਹਿੰਦੇ ਹਾਂ ਸਿੱਖਿਆ ਦੇ ਕੇ ਜਾਂਦੇ ਆ।
ਉਹ ਕਹਿੰਦਾ ਦੁਨੀਆ 'ਚ ਮੈਂ ਕਦੀ ਕਿਸੇ ਤੋਂ ਹਾਰਿਆ ਨਹੀਂ, ਜਿੰਨੇ ਲਾਗੇ ਦੁਨੀਆਦਾਰ ਬੈਠੇ ਸੀ ਉਹ ਸਾਰੇ ਕਹਿਣ ਲੱਗੇ ਹਾਂਜੀ ਇਹ ਗੱਲ ਸਾਨੂੰ ਦੱਸੋ, ਅਤੇ ਅਸੀਂ ਵੀ ਨਹੀਂ ਕਿਸੇ ਤੋਂ ਹਾਰਨਾ ਚਾਹੁੰਦੇ, ਇਹ ਬਾਬਾ ਜੀ ਸਾਨੂੰ ਦੱਸੋ। ਇੱਕ ਬੋਲਿਆ, ਦੋ ਬੋਲੇ, ਸਾਰੇ ਜਿੰਨੇ ਬੈਠੇ ਸਾਰੇ ਬੋਲੇ, ਬਾਬਾ ਜੀ ਇਹ ਸਾਨੂੰ ਨੁਕਤਾ ਜ਼ਰੂਰ ਦੱਸ ਕੇ ਜਾਇਓ। ਉਹ ਕਹਿੰਦਾ ਤੁਸੀਂ ਗੱਲ ਹਜੇ ਪੂਰੀ ਨਹੀਂ ਸੁਣੀ, ਮੈਂ ਹਜੇ ਅੱਧੀ ਗੱਲ ਦੱਸੀ, ਮੈਂ ਕਿਸੇ ਤੋਂ ਕਦੀ ਹਾਰਿਆ ਨਹੀਂ। ਹਾਂਜੀ ਦੱਸੋ ਬਾਬਾ ਜੀ, ਪੂਰੀ ਦੱਸੋ ਗੱਲ। ਕਹਿੰਦਾ ਕਦੇ ਮੈਂ ਕਦੀ ਕਿਸੇ ਨੂੰ ਹਰਾਉਣਾ ਚਾਹਿਆ ਹੀ ਨਹੀਂ, ਮੈਂ ਜਿੱਤਣਾ ਕਦੀ ਚਾਹਿਆ ਹੀ ਨਹੀਂ ਕਿਸੇ ਨੂੰ, ਅਤੇ ਮੈਂ ਕਦੀ ਹਾਰਿਆ ਨਹੀਂ। ਜਿਹੜਾ ਕਿਸੇ ਨੂੰ ਹਰਾਉਣਾ ਚਾਹੂਗਾ ਉਹੀ ਹਾਰੂਗਾ। ਕਈ ਵੇਲੇ ਆਪਾਂ ਜਿੱਤ ਕੇ ਵੀ ਹਾਰੇ ਹੁੰਦੇ ਆ, ਹੰਕਾਰ ਵਿੱਚ ਕੁਛ ਵੀ ਜਿੱਤ ਲੈਣਾ ਆਪਾਂ ਹਾਰੇ, ਜੋ ਨਿਮਰਤਾ ਦੇ ਵਿੱਚ ਹਾਰ ਜਾਣਾ ਉਹ ਆਪਾਂ ਜਿੱਤੇ ਆ। ਇਹ ਫਕੀਰ ਨੇ ਆਪਣੇ ਦੁਨੀਆ ਤੋਂ ਜਾਣ ਵੇਲੇ ਸਿੱਖਿਆ ਦਿੱਤੀ, ਅਤੇ ਕਦੀ ਵੀ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ, ਹੰਕਾਰ ਦੇ ਵਿੱਚ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਨਾ ਕਰੋ, ਕਦੀ ਵੀ ਤੁਸੀਂ ਹਾਰੋਗੇ ਨਹੀਂ। ਜੋ ਜਿੱਤਣ ਲਈ ਖੇਡਦਾ ਉਹ ਹਾਰਦੇ ਵੀ ਆ। ਜੈ ਮਸਤਾ ਦੀ। ਤੁਹਾਨੂੰ ਇਹ ਫਕੀਰ ਦਾ ਕਿੱਸਾ ਕਿਹੋ ਜਿਹਾ ਲੱਗਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਜੈ ਮਸਤਾ ਦੀ।